ਇਹ ਜਿਹੜਾ ਤੁਸੀਂ ਇਸੀ ਮੈਂ ਸ਼ੋ ਪੀਸ ਆਖੂੰਗ, ਇਹ ਉਸ ਮਾਰੂ ਕੰਢੀ 'ਚ ਇਹ ਐਂਡ ਪੈਂਪ ਲੱਗੇਦਾ ਹੈ, ਜਿੱਥੇ ਹੁਣ ਲੋਕਾਂ ਕੀ ਪਾਣੀ ਲੈਣੇ ਕੀਤਾ ਦੋ ਦੋ ਤਰੇ ਤਰੇ ਕਿਲੋਮੀਟਰ ਪੈਦਲ ਤੁਰਨਾ ਪੈਂਦਾ ਹੈ। ਇਹ ਮਹਾਰਾਜ ਭਾਈ ਜਿਹੜਾ ਮਹਿਕਮਾ ਪਾਣੀ ਵਾਲਾ ਜਿਹੜਾ ਆਖਦਾ ਵੀ ਪਾਣੀਆਂ ਦੀ ਕਮੀ ਕੋਈ ਨਹੀਂ ਹੈ, ਇਹ ਹਾਲਤ ਤੁਸੀਂ ਉਹਦੀ ਦੇਖੀ ਸਕਦੇ ਹੋ। ਇਸ ਵੇਲੇ ਅਸੀਂ ਤੂਤੇ ਦੀ ਖੂਹੀ 'ਚ ਹਾਂ, ਔਰ ਤੂਤੇ ਦੀ ਖੂਹੀ ਜਿਹੜੀ ਹੈ ਇਹ ਮਾਰੂ ਕੰਢੀ ਹੈ, ਇੱਥੇ ਪਾਣੀ ਧੁੱਪੇ ਦਾ ਨਹੀਂ ਲੱਭਦਾ। ਇੱਥੋਂ ਦੇ ਗਏ ਵਸਨੀਕੇ ਕੰਨੇ ਗੱਲਬਾਤ ਕਰਨੇ ਆ, ਇੱਕ ਦੇ ਮਾਰੇ ਆਪਣਾ ਨਾਂ ਦੱਸੋ ਕਿ ਨਾਂ ਦਿੰਦਾ ਰਹਿਣ ਦਿਓ ਲੱਗੀ ਆ ਬਾਲਾ ਸਰਕਾਰ ਕੀ ਇਹ ਜਗਿੰਦਰਪਾਲ ਜਗਿੰਦਰਪਾਲ ਹਾਂਜੀ ਇੱਥੋਂ ਇਹ ਰਹਿਣੇ ਵਾਲੇ ਤੂਤੇ ਰਹਿਣੇ ਵਾਲੇ। ਅੱਛਾ ਮੈਂ ਦੱਸੋ ਭਾਈ ਇਹ ਨਲਕਾ ਜਿਹੜਾ ਐਂਡ ਪੈਂਪ ਹੈ ਕਿੰਨੇ ਚਿਰ ਹੋਇਆ ਬਣੇ ਦੇ? ਇਹ ਕੋਈ ਹੋਈ ਜਾਣਾ 20 ਸਾਲ ਹੋਏ ਇਹਦਾ, 20 ਸਾਲ ਹੋ ਗਿਆ। 20 ਸਾਲ ਹੋਇਆ ਖਰਾਬ ਹੋਏ ਕਿੰਨੇ ਸਾਲ? 100 ਸਾਲ ਹੋਈ ਆ, ਮਹੀਨਾ ਹੋਈ ਆ, ਇੱਕ ਵਾਰ ਠੀਕ ਤਾਂ ਹੁਣ ਅੱਛਾ ਵੀ ਖਰਾਬ ਹੋਈ ਆ, ਖਰਾਬ ਹੋਈ ਆ ਹਾਂਜੀ। ਤੇ ਹੁਣ ਖਰਾਬ ਇਸੀ ਬਿਮਾਰੀ ਦੇਖੋ ਗੰਦ ਕਿੰਨਾ ਪੈਦਾ ਇੱਥੇ, ਗੰਦ ਤੇ ਹੈ ਸਰ, ਲੇਕਿਨ ਇਹ ਆ ਕਿ ਕੁਆਟਰ ਪੇ ਦੇਣਾ ਮਤਲਬ ਕੁਆਟਰ ਪੇ ਹਾਂ ਕੁਆਟਰ ਵੀ ਪਾਣੀ ਜਾਰੀ ਫਲੋਰ ਲਾਉਂਦੇ। ਅੱਛਾ ਇਧਰ ਇਧਰ ਆਇਓ, ਅੱਗੇ ਆਇਓ, ਇਧਰ ਆਇਓ, ਕੈਮਰੇ ਸਾਹਮਣੇ ਆਇਓ, ਛੱਪੀਏ ਨਾ ਗੱਲ ਕਰੋ। ਅੱਛਾ ਮੈਂ ਇਹ ਦੱਸੋ ਵੀ ਕੋਈ ਗਏ ਕੁਦਰਾ ਗਏ ਮਾਰੇ ਪਹਿਲਾਂ ਕੋਲ? ਹਾਂਜੀ ਪਹਿਲਾਂ ਆਏ, ਠੀਕ ਕੀਤਾ ਥੋੜ੍ਹਾ, ਮਤਲਬ ਉਹਨੇ ਨੁਸਖਾ ਰਹਿਣ ਦਿੱਤਾ ਵਿੱਚ ਚਲੀਏ। ਕੱਲ੍ਹ ਵੀ ਪਤਾ ਲੱਗਾ ਮਾਰਾ ਬਿਆਲ ਤੱਕ ਹੈਡ ਪੰਪ ਠੀਕ ਹੋਇਆ, ਉਹ ਬੰਦੇ ਤੂਤੇ ਕੋਈ ਗਏ ਠੀਕ ਕਰਨ ਵਾਸਤੇ। ਅੱਜ ਇੱਥੇ ਦੋ ਚਾਰ ਬੰਦੇ ਕਿੱਥੇ ਕਿੱਥੇ ਖੜੋਤੇ ਰਹੇ ਬੰਦੇ ਆ ਦੇਣ, ਕੋਈ ਬੰਦਾ ਨਹੀਂ ਆਇਆ। ਸ਼ਾਮੀ ਵੀ ਪਤਾ ਲੱਗਾ ਮਾੜਾ ਉੱਥੋਂ ਵਾਪਸ ਚਲੀ, ਉਹ ਤਾਂ ਹੀ ਪੁੱਜੇਗਾ ਨਹੀਂ ਇੱਥੇ। ਕੀ ਦੂਰ ਪਾਉਂਦਾ ਪਿੰਡਾ? ਪਤਾ ਬੜਾ ਬਿਆਲ ਤਾਂ 1.5 ਕਿਲੋਮੀਟਰ ਸਾਰਾ ਦੂਰ ਕੁੱਥੇ ਬਣੇ ਜੀ, ਉੱਥੇ ਕਰ ਉੱਡਿਆ ਤਾਂ ਇੱਥੇ ਵੀ ਰੋਡ ਦਾ ਕੀਤਾ ਦਾ ਨੇ ਲੋਕ ਇਸ ਐਂਡ ਪੈਂਪ ਦਾ ਪਾਣੀ ਪੀਂਦੇ? ਇੱਥੇ ਪਬਲਿਕ ਪਾਣੀ ਪੀ, ਪਬਲਿਕ ਵਾਸਤੇ ਸਟੈਂਡ ਬਣੇ ਦਾ ਚਿਰਾਗ ਚੌਕ ਹੈ। ਅੱਛਾ ਚੌਕ, ਇੱਥੇ ਦੁਨੀਆ ਪਾਣੀ ਪੀਂਦੀ, ਜਿਹੜਾ ਆਉਂਦੇ ਲਾਂਦੀ ਦੱਸਦਾ ਭੈਣ ਜੀ ਪਾਣੀ ਕਿਹਦੇ ਵਾਸਤੇ ਰੱਖੇ ਦਾ। ਤੇ ਫਿਰ ਪਾਣੀ ਇੰਜਾਂ ਲੋਕ ਉੱਥੋਂ ਪੀਂਦੇ ਜੇ ਨਹੀਂ? ਇੰਜਾਂ ਮਾਰਾ ਪਰਾ ਖੂਹ ਉੱਥੋਂ ਲਿਆਉਣੇ ਜਾਈਏ, ਅੱਧਾ ਕਿਲੋਮੀਟਰ ਕਿਲੋਮੀਟਰ ਕਿੰਨੀ ਲੱਜ ਪਾਉਂਦੀ ਹੈ? ਲੱਜ ਪਾਉਂਦੀ ਕੋਈ 30 ਲੋਕੇ 30 ਹੱਥ ਹਾਂ 30 ਲੋਕੇ ਉਹ ਲੱਜਾਂ ਰੱਖੀ ਦੀਆਂ। ਹਾਂ ਲੱਜ ਜਿਹੜਾ ਆਉਣਾ ਲੈ ਆਉਣਾ, ਆਪਣੀ ਬਾਲਟੀ ਭਰੀ ਲੈ ਜਾਣੀ। ਮੰਦਰ ਹੈ, ਮੰਦਰ ਹੈ ਕਹਿੰਦਾ ਉੱਥੇ। ਅੱਛਾ ਸ਼ਿਵਜੀ ਦਾ ਮੰਦਰ ਬੜਾ ਪੁਰਾਣਾ ਹੈ। ਅੱਛਾ ਤੇ ਉੱਥੇ ਖੂਹ ਬੜਾ ਪੁਰਾਣਾ ਹੈ, ਉਹ ਆਊਗਾ ਜਿਹੜਾ ਟੈਪ ਪਾਸ ਕਰਦਾ। ਇਹ ਜਿਹੜਾ ਮਹਿਕਮਾ ਖੜੇਰੇ ਦਾ PHE ਵਾਲਾ ਜਿਹੜੇ ਠੀਕ ਕਰਦੇ ਨੇ ਪੰਪ, ਉਹਦੇ ਨੋਟਿਸ 'ਚ ਗੱਲ ਆਉਂਦੀ ਮਹਾਰਾਜ ਉਹਨੇ ਕਹਿਆ ਤੇ ਹਾਂ ਮਹਾਰਾਜ ਉਹ ਜਾਗ ਹੁੰਦਾ ਹੁੰਦਾ 3-4 ਮਹੀਨੇ ਹੋ ਗਏ, ਉਹ ਆਦਾ ਇਹ ਦੱਸ ਦੇਖਾ ਨੇ ਬੜਾ ਫਿਰ ਮੁਸ਼ਕਲ ਗੱਲ ਹੋਈ ਤੁਹਾਡੇ ਕੋਲ ਪਰ ਜ਼ਿਆਦਾ ਮੁਸ਼ਕਲ। ਤੇ ਕੀ ਨਾਮ ਭਾਈ ਸਾਹਿਬ ਹੁੰਦਾ? ਤਰਸੇਵ ਲਾਲ। ਤਰਸੇਵ ਲਾਲ ਜੀ ਤੁਸੀਂ ਵੀ ਇਸੇ ਨਲਕੇ ਪਾਣੀ ਪੀਂਦੇ ਹੋ? ਅਸੀਂ ਵੀ ਪੀਂਦੇ ਹਾਂ। ਤੇ ਫਿਰ ਹੁਣ ਕਿਵੇਂ ਚੱਲਦਾ ਕੰਮ? ਹੁਣ ਬੜਾ ਮੁਸ਼ਕਲ ਹੈ ਜੀ, ਆਈ ਹੈ ਖੂਹ ਹੈ ਤਾਂ ਵੀ ਸਰਵਿਸ ਹੈ। ਅੱਛਾ ਸਪਲਾਈ ਆਉਂਦੀ ਹੈ ਦੂਜੇ ਤਰੀਜੇ ਦਿਨ ਦਾ, ਉਧਰੋਂ ਕੀ ਆਉਂਦਾ? ਕੋਈ ਟੈਂਕਰ ਆਉਂਦਾ? ਨਹੀਂ ਨਲਕੇ ਆਉਂਦੇ ਨੇ। ਨਲਕੇ ਕਿੰਨੇ ਕਿੰਨੇ ਦਿਨੇ ਬਾਅਦ ਆਉਂਦੇ ਨੇ? ਤਰੀਜੇ ਦਿਨ ਸਰਕਾਰੀ ਟੂਟੀਆਂ ਪਾਣੀ। ਹਾਂਜੀ ਹਾਂਜੀ। ਅੱਛਾ ਤਰੀਜੇ ਦਿਨ ਆਉਂਦਾ? ਕਿੱਥੇ ਆਉਂਦਾ ਤਰੀਜੇ? ਤੇ ਉਹਨੇ ਆਖਣਾ ਕੋ ਹਫ਼ਤੇ ਇੱਕ ਵਾਰੀ ਦਿਓ, ਇੰਨਾ ਤਾਂ ਤੌਲੇ ਗੱਲੀ ਦੇ ਤਰੀਜੇ ਦਿਨ ਦੇਣਾ ਵੀ ਬੜਾ ਜੀ। ਇਹ ਪਾਣੀ ਤੇ ਪੀਣੇ ਲਾਇਕ ਨਹੀਂ ਆ ਸਰ, ਇਹ ਅਸੀਂ ਪਾਣੀ ਅਸ ਕੱਢੀ ਰੱਖਗੇ ਨਾ ਬਾਡੀ, ਸਵੇਰ ਅਸੀਂ ਦੇਖਣਾ ਇੰਨਾ ਕੱਸ ਹੋਈ ਜਾਂਦਾ ਨਾ, ਲਾਲ ਹੋਈ ਜਾਂਦਾ ਪਾਣੀ ਹੋ ਜਾਂਦਾ ਵਿੱਚ, ਥੋੜਾ ਖਰਾਬੀ ਹੈ। ਤੇ ਤੁਸੀਂ ਦੱਸਣਾ ਨਾ ਬਾਈ ਲਾਲ ਪਾਣੀ ਪੀਏ ਇਹਨੇ 50 ਬਿਮਾਰੀਆਂ ਪਾਉਂਦੀਆਂ ਨੇ। ਬੜੇ ਬੜੇ ਆਖਿਆ ਜੀ ਗਰੋਟਿੰਗ ਵਾਲੇ ਵੀ, ਉਹ ਆਖਦੇ ਅਸੀਂ ਗਰੋਟਿੰਗ ਵਾਲੇ ਗਏ ਆਪਣੇ ਇਹ ਵੀ ਆਖਿਆ ਪੰਜਾਇਤ ਵਾਲੇ ਵੀ, ਉਹਨੇ ਵੀ ਲਿਖ ਲੁਖੀ ਲਿੱਤੇ ਸੀ ਇਹਦੇ, ਹੋਇਆ ਕੁਛ ਨਹੀਂ, ਕੁਛ ਨਹੀਂ ਹੋਇਆ, ਕੁਛ ਨਹੀਂ ਹੋਇਆ ਮਾਰੇ। ਅੱਛਾ ਖਾਲੀ ਉਹ ਆਖਦੇ ਹੈ ਨਹੀਂ ਜੀ ਬੜਾ ਕੁਛ ਹੈ, ਅਤੇ ਹੈ ਕਾਗਜ਼ੀ ਕਾਰਵਾਈ ਗਰਾਊਂਡ ਉੱਪਰ ਕੁਛ ਨਹੀਂ ਹੈ, ਕੋਈ ਵੀ ਕੰਮ ਨਹੀਂ ਹੁੰਦਾ। ਹੁਣ ਚੁਣਾਵ ਆਵਾ ਦੇ ਨਾ? ਹਾਂ ਜੀ ਚੁਣਾਵ ਬੜੇ ਬੜੇ ਵਾਅਦੇ ਤੇ ਹੁਣ ਹੋਣੇ ਤੁਹਾਡੇ ਕੰਨੇ, ਹੁਣ ਵੀ ਲੱਗਦਾ ਰਾਤੋਂ ਰਾਤ ਠੀਕ ਵੀ ਹੋਈ ਆ ਗਏ। ਹਾਂ ਐ ਰੱਖੀ ਦੀ ਮੇਦ ਕੀ ਪਤਾ ਜੀ, ਹਾਲੇ ਤੱਕ ਤਾਂ ਕੋਈ ਲੱਭਿਆ ਨਹੀਂ ਨਾ ਪੁੱਜਿਆ ਤੇ ਕੋਈ। ਅੱਛਾ ਮੈਨੂੰ ਲੱਗਾ ਇੱਧਰ ਕੋਈ ਚੁਣਾਏ ਦੀ ਰੌਣਕ ਘੱਟ ਹੈ। ਬੜੀ ਘੱਟ ਹੈ ਜੀ, ਆਉਂਦਾ ਕੋਈ ਨਹੀਂ ਮਹਾਰਾਜ, ਉਹ ਆਉਣਾ ਜੀ ਉਹਦੇ ਕੋਲ ਬਿਹਤਰ ਨਹੀਂ ਆਉਣ ਚੰਗਾ ਜੀ, ਕਰਦਾ ਨਹੀਂ ਕੋਈ ਕੰਮ ਹੈ। ਕਿੰਨੇ ਤੰਗ ਪਈ ਹੋ? ਉਹ ਤੰਗ ਕੇ ਪਾਉਣਾ ਮਾਰੇ, 20 ਸਾਲ ਹੋਈ ਸਾਡੇ ਜੋਗ ਕਿਸ਼ੋਰ, ਦੋ ਵਾਰੀ MLA ਰਹੇ, ਦੋ ਵਾਰੀ MP ਰਹੇ, ਕੋਈ ਕੰਮ ਨਹੀਂ ਕੀਤਾ ਅਜੇ ਤੱਕ, ਸਾਰਿਆਂ ਦਾ ਲੋਕ ਕਿਹਦਾ ਮਨ ਭਰੀ ਜਾਂਦਾ ਉਹਦੇ ਉੱਪਰ। ਅੱਛਾ
ਤੇ ਵੀ ਇਹੀ ਉਹਦੇ ਕੋਲ ਬਿਹਤਰ ਇਹੀ ਸਮਝ ਰਿਹਾ ਤੇ ਨਹੀਂ ਗਾ ਆਉਣਦੇ ਨਹੀਂ ਮੰਗਣ ਵੋਟ ਛੋੜਦੇ ਨਹੀਂ ਗਾ। ਅੱਜ ਕੱਲ੍ਹ ਲੋਕ ਦਿਹਾੜੀ ਲਾਉਣਾ ਹੀ ਮੁਸ਼ਕਿਲ ਹੈ, ਨਾ ਕੋਈ ਰੁਜ਼ਗਾਰ ਹੈ ਜਿਹੜਾ ਇੱਥੇ, ਇੱਕ ਰੁਜ਼ਗਾਰ ਆ ਸਾਡਾ ਇੱਥੇ ਰੇਤੇ ਬੱਜਰੀ ਦਾ ਕੰਮ ਆ ਰੇਤੇ ਦਾ। ਅੱਛਾ, ਉਹ ਵੀ ਬੰਦ ਪੇ ਦੀ ਰਾਡੀ ਰੁਡੀ ਵਗੈਰਾ ਕਿੰਨਾ ਚਿਰ 7-8 ਸਾਲ ਹੋਈ ਹੈ ਬੰਦ ਪੇ ਦੇ। ਅੱਛਾ, ਜੇ ਕੋਈ ਗਰੀਬ ਨੇ ਟਰੈਕਟਰ ਰੱਖੇ ਕਿਸ਼ਤਾਂ ਦੇਣੀਆਂ ਤਾਂ ਹੀ ਦਵਾਈ ਤਾਂ ਚੱਲ ਪੁਲਿਸ ਪਿੱਛੇ ਲੱਗੀ ਦੀ। ਅੱਛਾ, ਜੇ ਲੈ ਦੇਖੋ ਪੁਲਿਸ ਸੜਕ ਘਰਾਂ ਦਾ ਕੱਢੋ ਤੇ ਪੁਲਿਸ ਦੌੜੀ ਦੀ ਪਿੱਛੇ। ਅੱਛਾ, ਜੇ ਲੈਂਦੀ 30-30 ਰੁਪਏ ਦਿਓ ਤੇ ਲੀਕ ਕਰਾਈ ਲਓ। ਬੜਾ ਮੁਸ਼ਕਿਲ ਹੈ ਮਾਰੇ, ਡਿਪਾਰਟਮੈਂਟ ਤੇ ਪੁਲਿਸ ਨੇ ਇੰਨਾ ਤੰਗ ਕੀਤਾ, ਹਰਾਸਮੈਂਟ ਇੰਨਾ ਕਰਿਆ ਦੀ ਨਾ, ਕੋਈ ਦਿਹਾੜੀ ਨਹੀਂ ਲਾ ਸਕਦਾ। ਅਸ ਦੇ ਗੌਰਮੈਂਟ ਅੱਗੇ ਇਹੀ ਅਪੀਲ ਕਰਨੇ ਆ, ਜਿਹਨੇ ਟਰੈਕਟਰ ਟਿੱਪਰ ਟਰਾਲੀ ਰੱਖੇ ਦਾ ਕੁਛ ਵੀ ਰੱਖਿਆ, ਇੱਕ ਇੱਕ ਮੁਲਾਜ਼ਮ ਦੇ ਨੌਕਰੀ ਦੇਈ ਉਹਨਾਂ ਨੇ, ਤੇ ਜਿਹੜਾ ਫਾਈਨੈਂਸ ਹੈ ਉਹ ਮਾਫ਼ ਕਰਾਈ ਜੋ, ਅਸ ਗੱਡੀਆਂ ਨਹੀਂ ਚਲਾਉਂਦੇ। ਸਾਡੀ ਇਹ ਅਪੀਲ ਆ ਉਹਦੇ ਕੰਨੇ ਜੀ, ਬਾਕੀ ਕ੍ਰੈਸ਼ਰਾਂ ਲਈ ਕੋਈ ਨਹੀਂ ਪੁੱਛਦਾ, ਮਸ਼ੀਨਾਂ ਵਾਲੇ ਕੋਈ ਨਹੀਂ ਪੁੱਛਦਾ, 20-20 ਫੁੱਟ ਡਿੱਗਿੰਗ ਹੋਈ ਦੀ ਆ ਜਿਹੜੀ ਸਾਫ਼ ਪਾਣੀ ਦਾ ਵੀ ਅਸੀਂ ਹੀ ਅਸਰ ਪਵਾਉਂਦਾ, ਪਾਣੀ ਜਿਹੜਾ ਸੁੱਕਾ ਸਾਡਾ, ਉਹਨੇ ਕੋਈ ਨਹੀਂ ਪੁੱਛਦਾ, ਰਾਤੀ ਪੂਰੀ ਪੂਰੀ ਰਾਤ ਮਸ਼ੀਨਾਂ ਚੱਲਦੀਆਂ। ਅੱਛਾ, ਖਾਲੀ ਟਰੈਕਟਰ ਲੱਭਿਆ ਟਰਾਲੀ ਕੋਈ ਤੇ ਪੁਲਿਸ ਦੌੜੀ, ਚਲੋ ਜੀ ਉਸ ਵੇਲੇ ਪਗੜੀ ਥਾਣੇ, ਗਰੀਬ ਲੋਕੀ ਥਾਣੇ ਚੱਕ ਰਹੇ ਨਲਕੇ ਕੋਈ ਠੀਕ ਨਹੀਂ ਕਰਦਾ, ਕੋਈ ਪੁੱਛਦਾ ਹੀ ਨਹੀਂ ਮਾਰੇ, ਇੱਧਰ ਪਾਸੇ ਦੇਖਣਾ ਤਾਂ ਕੋਈ ਧਿਆਨ ਗਿਆ ਨਹੀਂ, ਮਾੜਾ ਬੰਦਾ ਤਾਂ ਕੋਈ ਚਲਾ ਹੀ ਨਹੀਂ ਸਕਦਾ, ਨਾ ਦਿਹਾੜੀ ਲਾ ਸਕਦਾ, ਅੱਜ ਕੱਲ੍ਹ ਇੰਨਾ ਮੁਸ਼ਕਿਲ ਹੋਈ ਦਾ। ਵੇਗਣੇ ਚਸ ਵੀ ਪਈ ਜਾਂਦੇ ਆ, ਨਲਕੇ ਦੀ ਗੱਲ ਚਲਾ ਕਰਦੀ ਸੀ, ਨਲਕੇ 'ਚ ਪਾਣੀ ਨਹੀਂ ਹੈ, ਲੋਕ ਦਰਿਆ ਦੇ ਤੂਤੇ ਦੀ ਖੂਹੀ ਜਿਹੜੇ ਨੇ ਉਹ ਰਵਾ ਕਰਦੇ ਨੇ, ਪਰ ਭਾਈ ਸਾਹਿਬ ਦੀ ਵਿਅਥਾ ਹੋਰ ਨਿਕਲੀ ਹੈ, ਸਾਹਮਣੇ ਆਈ ਗਈ ਹੈ, ਜਨਤਾ ਜਨਾਰਦਨ ਹੈ ਕਰਿਆ ਕੇ, ਹਰ ਬੱਕੀ ਦਾ ਕੋਈ ਨਾ ਕੋਈ ਠੋਹ ਜਿਹੜੀ ਐਣੀ ਗੀ ਲੱਗਾ ਕਰਦੀ ਹੈ, ਔਰ ਇੱਥੋਂ ਤੱਕ ਕਰਕੇ ਮਨ ਵੀ ਭਰੋਈਏ ਦਾ ਕਦੇ ਬਈ ਇੱਥੇ ਵੋਟ ਮੰਗਣ ਕੋਈ ਨਹੀਂ ਆਵੇ, ਖਰੀ ਗੱਲ ਹੈ, ਅਸ ਵੀ ਸੋਖਾ ਚ ਰੋਚੇ ਦੇ ਉਹ ਵੀ ਸੋਖਾ ਚ ਰੋਚਾ। ਨੰਬਰ ਪ੍ਰਦੂਸ਼ਣ ਇੰਨਾ ਹੋ ਚੁੱਕਿਆ ਦਾ ਮਹਾਰਾਜ, ਕੋਈ ਪੁੱਛ ਮੰਗਣੀ ਆ, ਕ੍ਰੈਸ਼ਰ ਵਾਲੇ ਦਾ ਕੋਈ ਟਾਈਮ ਟੇਬਲ ਹੁੰਦਾ ਸਰ, ਦਿਨ ਰਾਤ ਟੱਲ ਟੱਲ ਲਾਏ ਦਾ, ਅਸੀਂ ਨਾ ਦਿਨੇ ਆਰਾਮ ਨਾ ਰਾਤੀ, ਕ੍ਰੈਸ਼ਰ ਲੱਗੇ ਕੁਥਨ ਸਰ, ਇਹ ਲੱਗੇ ਰੋਡ ਦਾ ਕੰਢਾ ਕੰਢਾ ਲੱਗੇ ਦੇ। ਅੱਛਾ, ਗ੍ਰੀਨ ਲੈਵਲ ਆਖਦੇ ਨੇ, ਗ੍ਰੀਨ ਲਾਈਟ ਕੀ ਆਖਦੇ ਨੇ ਉਹਨੇ, ਉਹਦੇ ਵਿੱਚ ਲੱਗੇ ਤਾਂ ਕੋਈ ਪੁੱਛਦਾ ਨਹੀਂ, ਕਿਉਂਕਿ ਉਹ ਮਾਲ ਚੜੀ ਜਾਂਦਾ ਉਹਨੇ ਡਿਪਾਰਟਮੈਂਟ ਵਾਲੇ, ਕੋਈ ਨਹੀਂ ਪੁੱਛਦਾ, ਖਾਲੀ ਆ ਜਾਈਏ ਗਰੀਬ ਕੀ ਤੰਗ ਕਰਦੇ, ਪੁਲਿਸ ਵੀ ਅਤੇ ਡਿਪਾਰਟਮੈਂਟ ਵੀ, ਗਰੀਬਾਂ ਵਾਲਾ ਬਿਜਲੀ ਪਾਉਂਦੀ ਹੈ, ਡਿਪਾਰਟਮੈਂਟ ਹੋਇਆ ਤੇ ਜਾਂ ਕੋਈ ਹੋਰ ਹੋਇਆ।